ਬੜਾ ਸਲੂਕ ਸੀ ਸਿੱਖਾਂ ਦਾ ਮੁਸਲਮਾਨਾਂ ਦਾ, ਸਾਰੇ ਮਗਰੋਂ ਇੱਕੋ ਕੁਝ ਹੀ ਨੇ, ਕੋਈ ਮੁਸਲਮਾਨ ਰਹਿ ਗਏ ਹੋ ਗਏ, ਕੋਈ ਸਿੱਖ ਹੀ ਰਹਿ ਗਏ। ਇਹਨਾਂ ਦਾ ਪਿਓ ਦਾਦਾ ਇੱਕੋ ਹੀ ਸੀ। ਕੋਈ ਧੀ ਭੈਣ ਲੱਗੀ ਜਾਵੇ ਨਾ, ਭਰਾ ਹੋ ਜਾ ਸਾਡੀ ਧੀ ਲੱਗੀ ਹੋ, ਹਾਂ ਲਾਂਭੇ ਹੋ ਜਾਓ ਧੀ ਸਾਡੀ ਲੰਘ ਲੈ। ਮਦਾਰ ਕਰਦੇ ਸਨ, ਹਜ਼ਾਰ ਹੀ ਸੀ ਉਹਨਾਂ 'ਚ, ਗਰੀਬ ਦਾ ਵਿਆਹ ਸ਼ਾਦੀ ਹੋਵੇ ਨਾ ਪੁੱਛ ਲੈਂਦੇ ਸਨ, ਕਿਉਂਕਿ ਸ਼ਾਇਦ ਲੋੜ ਤਾਂ ਲੈ ਜਾਈ, ਘਾਟਾ ਨਾ ਪੈ ਸਨ। ਇੱਕ ਮਾੜੇ ਵਿਆਹ ਨਾ ਅਤੇ ਦੂਜਿਆਂ ਦੀਆਂ ਲੈਣਾ ਲੱਗ ਜਾਂਦੀ, ਰਾਤ ਨੂੰ ਦੁੱਧ ਦੇਣਾ, ਨਾਲ ਦੇਣੀ ਭਾਜੀ, ਫਿਰ ਮੱਖਣ ਅਤੇ ਲੱਸੀ। ਕੋਈ ਲੜਾਈ ਕੋਈ ਝਗੜਾ ਨਹੀਂ, ਆਪਣਾ ਮਾਣ ਉੱਠ ਕੇ ਗਏ ਨੇ, ਮਿਲ ਗਿਲ ਕੇ ਗਏ ਨੇ। ਜਿਹੜਾ ਸੀ ਨਾ ਕੱਕੜਾਂ ਵਾਲਾ, ਐਲਾਨ ਕਰ ਦਿੰਦਾ ਸੀ ਪਰ ਮੁਸਲਮਾਨ ਤੁਹਾਡੇ ਰੋਜੇ ਨੇ, ਜਿਹੜੀ ਮੱਝ ਨਹੀਂ ਸਾਂਭੀ ਜਾਂਦੀ ਆ ਉਹ ਆਣ ਕੇ ਦੁੱਧ ਲੈ ਜਾ ਕਰੇ, ਦਾਣੇ ਲੈ ਜਾਏ, ਚੌਲ ਲੈ ਜਾਏ, ਤੁਹਾਡਾ ਮਾਂ ਰਮਜਾਨ ਦਾ ਮਹੀਨਾ ਰੋਜੇ ਰੱਖੋ। ਕਾਲੂ ਕਾਲੂ ਸੁਲੱਖੀ ਦਾ ਸ਼ਰਮੇ ਦਾ ਪੋਤਰਾ ਨਾ ਆਇਆ, ਅਰੂੜੇ ਦਾ ਪੋਤਰਾ ਆਇਆ ਸੀ, ਇੱਕ ਸ਼ਰਮੇ ਦਾ ਪੋਤਰਾ ਆਇਆ ਸੀ, ਬਲਕਾਰ ਨਾਂ ਦਾ, ਇਹ ਤਰਾਈ ਆਏ ਨੇ। ਉਹਨਾਂ ਆ ਗਿਆ ਕੀ ਦੱਸੀ ਹੁਣ ਦੱਸਦੇ, ਸਾਡੇ ਮੁਕੱਦਰ ਹੈ, ਛੇੜ ਛੇੜ ਮੱਝੀ ਦਾ ਚੜਦਾ ਸੀ, ਹੁਣ ਦੋ ਦੋ ਖੋਲੀਆਂ ਨੇ, ਅੱਧੀ ਅੱਧੀ ਪੌਂਚ ਸਾਨੂੰ ਪਈ, ਜੇ ਦੋ ਮਰਬੇ ਮਰਬਾ ਲੱਭਾ, ਇਹ ਚਾਰ ਸੀ ਤੇ ਦੋ ਲੱਭੀ। ਹੁਣ ਇਹਦੇ ਜਿਹੜਾ ਖੱਤਰੀ ਸੀ ਜਗਤ ਸਿੰਘ ਅਤੇ ਸਰਦਾਰ ਸਿੰਘ, ਦੋ ਭਰਾ ਉਹ ਸੇਮ ਤੋਂ ਟੁੱਟਦੇ ਸਨ, ਆਹ ਪਿਛਲਾ ਹਿੱਸਾ ਛੱਡ ਗਿਆ ਕੁੱਚਾ ਵਾਲੀਆਂ, ਨੱਬੇ ਮਰਬੇ ਮਾਲਕ ਦੇ ਦੇਣਾ। ਅਸਲਾਮੁ ਅਲੈਕੁਮ, ਸਤਿ ਸ਼੍ਰੀ ਅਕਾਲ, ਨਮਸਤੇ। ਜਿਵੇਂ ਸਾਂਝਾ ਪੰਜਾਬ ਦੇ ਸ਼ੋਅ ਤਾਂ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ, ਤੇ ਜਿਵੇਂ ਕਿ ਤੁਹਾਨੂੰ ਪਤਾ ਅਸੀਂ ਆਪ ਸਭ ਦੇ ਨਾਲ ਪੁਰਾਣੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ। ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਕੰਗ। 1947 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਸਿੱਖ, ਮੁਸਲਮਾਨ ਤੇ ਕਰਾੜ ਰਲ ਕੇ ਵਸਦੇ ਸਨ, ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ, ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਕਾਰੀ ਲਵਾਂਗੇ ਇਸ ਪਿੰਡ। ਤੇ ਇਹ ਪਿੰਡ ਸ਼ੇਖੂਪੁਰਾ ਤੋਂ ਸਰਗੋਦਾ ਰੋਡ ਤੇ 13 ਮੀਲ ਦੇ ਪੰਧ ਤੇ ਹੈ, ਤੇ ਇਸ ਪਿੰਡ ਦੇ ਨਾਲ ਨਾਲ ਪਿੰਡ ਲੱਗਦੇ ਹਨ ਮਾਛੀ ਕੇ, ਚੱਬਰਾਂ, ਭਿੱਖੀ, ਤੇ ਪਿੰਡ ਵਿੱਚ ਇਹ ਨਿਸ਼ਾਨੀ ਮੌਜੂਦ ਹੈ ਜੋ ਕਿ ਜਗਤ ਸਿੰਘ ਖੱਤਰੀ ਜੀ ਦਾ ਮਕਾਨ ਹੁੰਦਾ ਸੀ, ਤੇ ਜਗਤ ਸਿੰਘ ਖੱਤਰੀ ਦੇ ਘਰ ਦੇ ਬਿਲਕੁਲ ਨਾਲ ਹੀ ਥੋੜ੍ਹੇ ਜਿਹੇ ਪੰਧ 'ਤੇ ਹੀ ਇੱਕ ਹੀ ਗਲੀ ਦੇ ਵਿੱਚ ਇਹ ਉਹ ਮਸਜਿਦ ਹੈ ਜਿਹੜੀ 1947 ਦੀ ਵੰਡ ਤੋਂ ਪਹਿਲਾਂ ਕੱਚੀ ਹੋਇਆ ਕਰਦੀ ਸੀ। ਇਹ ਹੈ ਗੌਰਮਿੰਟ ਬੁਆਏ ਸਕੂਲ ਕੰਗ। 1947 ਦੀ ਵੰਡ ਤੋਂ ਪਹਿਲਾਂ ਹੀ ਇਹ ਸਕੂਲ ਤਾਮੀਰ ਹੋਇਆ ਸੀ, ਅਤੇ ਇੱਥੋਂ ਦੇ ਪ੍ਰਿੰਸੀਪਲ ਨੇ, ਇੱਥੋਂ ਦੀ ਇੰਤਜ਼ਾਮੀਆ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਹਨੂੰ ਅੱਜ ਵੀ ਉਵੇਂ ਕਾਇਮ ਅਤੇ ਰਵਾਂ ਦਵਾਂ ਰੱਖਿਆ ਹੈ। ਪਹਿਲਾਂ ਇਹ ਪ੍ਰਾਈਵੇਟ ਸਕੂਲ ਸੀ, 1940 ਦੇ ਵਿੱਚ ਇਹ ਹਾਈ ਸਕੂਲ ਵਿੱਚ ਕਨਵਰਟ ਹੋਇਆ, ਅਤੇ ਇਹ ਹੈ ਉਹ ਜਗ੍ਹਾ ਜਿੱਥੇ ਬਾਬੇ ਟਾਲੇ ਸ਼ਾਹ ਦਾ ਮੇਲਾ ਲੱਗਦਾ ਸੀ, ਜਿਹੜੇ ਕਿ ਸਿੱਖ, ਮੁਸਲਮਾਨ ਅਤੇ ਕਰਾੜ ਸਾਰੇ ਰਲ ਕੇ ਮਨਾਉਂਦੇ ਸਨ, ਅਤੇ ਅੱਜ ਵੀ ਇਸ ਪਿੰਡ ਦੇ ਵਿੱਚ ਇਹ ਮੇਲਾ ਲੱਗਦਾ ਹੈ। ਇਹ ਦਰਬਾਰ ਹੈ ਬਾਬਾ ਕੋਣੀ ਸ਼ਾਹ, ਪਿੰਡ ਦਾ ਦੂਸਰਾ 1947 ਦੀ ਵੰਡ ਤੋਂ ਪਹਿਲਾਂ ਪੁਰਾਣਾ ਮੇਲਾ ਇਹ ਹੈ ਜਿਹੜਾ ਸਿੱਖ, ਸਰਦਾਰ, ਮੁਸਲਮਾਨ ਅਤੇ ਕਰਾੜ ਮਨਾਉਂਦੇ ਸਨ। ਇਹ ਮੇਲਾ ਵੀ ਅੱਜ ਵੀ ਇੱਥੇ ਉਵੇਂ ਹੀ ਲੱਗਦਾ ਹੈ ਜਿਵੇਂ 1947 ਦੀ ਵੰਡ ਤੋਂ ਪਹਿਲਾਂ ਲੱਗਦਾ ਸੀ।
ਤੇ ਇਹ ਹੈ ਉਹ ਜਗ੍ਹਾ ਜਿੱਥੇ ਪਹਿਲੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੁੰਦੀ ਸੀ, ਪਰ ਉਹਦੀ ਸਾਂਭ ਸੰਭਾਲ ਨਾ ਹੋਣ ਕਾਰਨ ਉਹ ਟੁੱਟ ਗਿਆ ਤੇ ਉਸ ਤੋਂ ਬਾਅਦ ਇੱਥੋਂ ਦੇ ਲੋਕਾਂ ਨੇ ਉੱਥੇ ਰਿਹਾਇਸ਼ ਬਣਾ ਲਈ। ਸਲਾਮ ਅਲੈਕੁਮ ਬਾਬਾ ਜੀ। ਵਾਲੇਕੁਮ। ਕੀ ਹਾਲ ਚਾਲ ਹੈ ਜੀ? ਖੈਰ ਸ਼ੁਕਰ। ਨਾਮ ਕੀ ਬਾਬਾ ਜੀ ਆਪਣਾ? ਮੁਹੰਮਦ ਸਮੀਰ। ਤੇ ਵਾਲਦ ਸਾਹਿਬ ਦਾ? ਮੇਰਦੀਨ। ਅੱਛਾ ਬਾਬਾ ਜੀ, 1947 ਦੀ ਵੰਡ ਤੋਂ ਪਹਿਲਾਂ ਆਪਣੇ ਵੱਡੇ ਇੱਥੋਂ ਪੁਰਾਣੇ ਪਿੰਡ ਇੱਥੋਂ ਜੱਦੀ ਇੱਥੋਂ ਦੇ ਰਹਿਣ ਵਾਲੇ ਕਿ ਮਾਈਗ੍ਰੇਟ ਹੋ ਗਿਆ? ਨਹੀਂ ਨਹੀਂ, ਇੱਥੇ ਇੱਥੋਂ ਹੀ ਰਹਿਣ ਵਾਲੇ। ਇੱਥੇ। ਠੀਕ। ਤੇ ਬਾਬਾ ਜੀ ਕਿਹੜੇ ਕਿਹੜੇ ਧਰਮ ਦੇ ਲੋਕ ਰਹਿੰਦੇ ਸੀ ਆਪਣੇ ਪਿੰਡ ਵਿੱਚ? ਪਿੰਡ ਖੱਤਰੀ ਦੇ ਸਿੱਖ ਹੀ ਸਨ ਹੋਰ ਇੱਥੇ। ਖੱਤਰੀ, ਸਿੱਖ ਤੇ ਮੁਸਲਮਾਨ? ਹਾਂ। ਠੀਕ। ਉਹ ਵੀ ਢਿੱਲੂ ਸਨ। ਅੱਛਾ। ਇਹ ਵੀ ਮੁਸਲਮਾਨ ਵੀ ਢਿੱਲੂ ਸਨ, ਮਤਲਬ ਦੋ ਕੌਮ ਢਿੱਲੋ ਹੀ ਸੀ? ਢਿੱਲੂ ਹੀ ਸੀ। ਠੀਕ। ਤੇ ਪਿੰਡ ਕੱਚਾ ਸੀ ਕਿ ਪੱਕਾ ਬਾਬਾ ਜੀ ਸਾਰਾ? ਕੋਈ ਕੱਚਾ ਕੋਈ ਪੱਕਾ, ਰਲਵਾਂ ਰਲਵਾਂ ਸੀ। ਹਾਂ ਰਲਵਾਂ। ਠੀਕ। ਤੇ ਨੰਬਰਦਾਰੀ ਕਿੰਦੇ ਕੋਲ ਸੀ ਬਾਬਾ ਜੀ? ਮੁਹੰਮਦ ਸੈਨ ਕੋਲ। ਮੁਹੰਮਦ ਸੈਨ ਕੋਲ। ਇੱਕ ਹੀ ਨੰਬਰਦਾਰੀ ਸੀ ਕਿ ਦੋ? ਦੋ, ਇੱਕ। ਸਿੱਖ ਦਾ ਕੀ ਨਾਮ ਸੀ ਬਾਬਾ ਜੀ ਨੰਬਰਦਾਰ? ਸੁਲੱਖਣ ਸਿੰਘ। ਕੀ ਨਾਮ? ਸੁਲੱਖਣ ਸਿੰਘ। ਸੁਲੱਖਣ ਸਿੰਘ ਜਿਹੜਾ ਨੰਬਰਦਾਰ ਸੀ। ਹਾਂ। ਠੀਕ। ਪਿੰਡ ਦੇ ਵਿੱਚ ਬਾਬਾ ਜੀ ਪੁਰਾਣੀ ਮਸੀਤ ਜਾਂ ਗੁਰਦੁਆਰਾ ਇਹ ਚੀਜ਼ਾਂ ਬਣੀਆਂ ਹੋਈਆਂ ਸੀ ਪਿੰਡ? ਦੋ ਬਣੀਆਂ, ਦੋ ਹੀ ਮਸਜਿਦਾਂ, ਦੋ ਗੁਰਦੁਆਰੇ। ਦੋ ਹੀ ਮਸਜਿਦ ਅਤੇ ਦੋ ਹੀ ਗੁਰਦੁਆਰਾ। ਹਾਂ। ਠੀਕ। ਕੱਚੇ ਕਿ ਪੱਕੇ ਬਾਬਾ ਜੀ? ਗੁਰਦੁਆਰੇ ਪੱਕੇ ਸਨ। ਅੱਛਾ। ਮਸਜਿਦ ਇੱਕ ਪੱਕੀ ਸੀ, ਇੱਕ ਕੱਚੀ। ਠੀਕ। ਮਤਲਬ ਇੱਕ ਪੱਕੀ ਅਤੇ ਇੱਕ ਕੱਚੀ ਮਸੀਤ ਸੀ ਅਤੇ ਗੁਰਦੁਆਰੇ ਪੱਕੇ ਸੀ? ਪੱਕੇ ਸਨ। ਠੀਕ। ਬਾਬਾ ਜੀ ਸਕੂਲ ਹੈਗਾ ਸੀ ਪਿੰਡ 'ਚ ਉਸ ਟਾਈਮ? ਸਕੂਲ ਪ੍ਰਾਈਵੇਟ ਹੀ ਸੀ, ਉੱਥੇ ਪੰਜਾਬ ਜਮਾਤਾਂ ਦਾ ਪੜ੍ਹਦੇ ਮੁੰਡੇ। ਮੁਸਲਮਾਨ ਹੀ ਕਿ ਦੋਵੇਂ? ਦੋਵੇਂ ਰਲ ਕੇ ਪੜ੍ਹਦੇ ਸਨ। ਅੱਛਾ। ਰਲ ਕੇ ਪੜ੍ਹਦੇ ਸੀ। ਤੁਹਾਡੀ ਕਿੰਨੀ ਉਮਰ ਹੋ ਗਈ ਬਾਬਾ ਜੀ? ਉਮਰ ਉਦੋਂ 90-95 ਸਾਲ। ਠੀਕ। ਮਤਲਬ ਵੰਡ ਵੇਲੇ ਤੁਹਾਡੀ ਉਮਰ ਹੈਗੀ ਸੀ 10-15 ਸਾਲ? ਹਾਂ ਹਾਂਜੀ। ਠੀਕ। ਅਤੇ ਬਾਬਾ ਜੀ ਰਹਿਣ ਸਹਿਣ ਕੈਸਾ ਸੀ ਉਦੋਂ ਇਹਨਾਂ ਸਾਰਿਆਂ ਦਾ ਆਪਸ 'ਚ? ਬੜਾ ਸਲੂਕ ਸੀ ਇਹਨਾਂ ਦਾ। ਅੱਛਾ। ਲੈਣ ਦੇ ਬੜਾ ਸਲੂਕ ਸੀ ਸਿੱਖਾਂ ਦਾ, ਮੁਸਲਮਾਨਾਂ ਦਾ। ਅੱਛਾ। ਸਾਰੇ ਮਗਰੋਂ ਇੱਕੋ ਕੁਝ ਹੀ ਨੇ। ਅੱਛਾ। ਕੋਈ ਮੁਸਲਮਾਨ ਰਹਿ ਗਿਆ ਹੋ ਗਿਆ, ਕੋਈ ਸਿੱਖ ਹੀ ਰਹਿ ਗਿਆ। ਇਹਦਾ ਪਿਓ ਦਾਦਾ ਇੱਕੋ ਹੀ ਸੀ। ਅੱਛਾ। ਵੀ ਉਹਨਾਂ ਦੇ ਵਿੱਚੋਂ ਅੱਗੇ ਫਿਰ ਅੱਗੇ ਅੱਧੇ ਮੁਸਲਮਾਨ ਹੋ ਗਏ? ਹਾਂ ਸਿੱਖ। ਹਾਂ ਸਿੱਖ। ਮੁਸਲਮਾਨ ਥੋੜ੍ਹੇ ਹੋਏ ਨੇ, ਸਿੱਖ ਬਾਦੇ ਸਨ, ਸਿੱਖ ਬਹੁਤੇ ਸੀ। ਅਤੇ ਬਾਬਾ ਜੀ ਕੋਈ ਹੋਰ, ਮਤਲਬ ਇੱਕ ਤਾਂ ਨੰਬਰਦਾਰ ਸੀ, ਹੋਰ ਕਿਹੜੇ ਕਿਹੜੇ ਸਿੱਖ ਦਾ ਨਾਂ ਜਾਂ ਤੁਹਾਨੂੰ ਨਾਮ ਯਾਦ ਹੈਗੇ ਨੇ ਜਿਹਨਾਂ ਇਹਨਾਂ ਦੇ? ਨਾਂ ਬੜੇ ਯਾਦ। ਤੁਹਾਡਾ ਕੋਈ ਹਾਣੀ ਹੈਗਾ ਸੀ ਜਿਹੜਾ ਤੁਸੀਂ ਖੇਡਦੇ ਕੋਲ? ਉਹ ਛੋਟੇ ਛੋਟੇ ਹਨ। ਅੱਛਾ। ਹੋਰ ਵੱਡਿਆਂ ਨੂੰ ਜਾਣਦੇ, ਛੋਟਿਆਂ ਨੂੰ ਜਾਣਦੇ। ਸਹੀ। ਦੱਸੋ ਨਾਮ ਕਿੰਦਾ ਕਿੰਦਾ ਯਾਦ ਤੁਹਾਨੂੰ? ਮੰਗਾ ਸਿੰਘ ਦੇ ਪੁੱਤਰ ਨੇ 6। ਅੱਛਾ। ਵੱਡਿਆਂ ਦਾ ਕਰਤਾਰ। ਠੀਕ। ਛੋਟੇ ਨਾਂ ਦੇ ਪਿਆਰੂ, ਇੱਕ ਦਾ ਨਾਂ ਸਾਧੂ, ਇੱਕ ਦਾ ਨਾਂ ਕੇਰੂ, ਇੱਕ ਦਾ ਨਾਂ ਜੰਗੀਰੂ, ਇੱਕ ਦਾ ਨਾਂ ਬਲਕਾਰੀ। 6 ਮੰਗਾ ਸਿੰਘ ਦੇ। ਸੁੰਦਰ ਦੇ ਸਨ 2। ਉਹਨਾਂ ਦਾ ਕੀ ਨਾਮ ਸੀ? ਇੱਕ ਦੇ ਨਾਂ ਸੀ ਦਰਬਾਰੂ, ਇੱਕ ਦੇ ਨਾਂ ਕੇਸਰ। ਪਰ ਉਹ ਨਹੀਂ ਆ, ਜਿੱਥੇ ਲੰਬਰ ਰਹਿੰਦੇ ਕੋੜਿਆਂ ਡੇਲੇ। ਸ਼ਿੰਗਾਰੂ, ਇੱਕ ਪਿਆਰੂ, ਇੱਕ ਕਰਤਾਰੂ, 3 ਭਰਾ ਸਨ। ਅਤੇ ਬਾਬਾ ਜੀ ਆਪਣਾ ਵੀ ਕਿਸੇ ਦੇ ਨਾਲ ਨਿਉਂਦਰਾ ਭਾਜੀ ਹੈਗਾ ਸੀ ਆਪਣੇ ਵੱਡਿਆਂ ਦਾ? ਵੱਡਿਆਂ ਦਾ ਹੀ ਸੀ ਕਿ
ਨਹੀਂ ਹੁੰਦਾ ਨਾ ਕਈ, ਮਤਲਬ ਕਿ ਜ਼ਿਆਦਾ ਪਿੰਡ ਦੇ ਵਿੱਚ ਸਰਦਾਰ ਜਿੰਨੇ ਮਰਜ਼ੀ ਕੋਈ ਹਮਸਾਇਆ ਜਾਂ ਕਿਸੇ ਦੇ ਨਾਲ ਮਤਲਬ ਰਿਸ਼ਤੇਦਾਰੀ ਹੁੰਦੀ ਥੋੜ੍ਹੀ ਜਿਹੀ, ਲੈਣ ਦੇਣ ਵਿਆਹਾਂ ਸ਼ਾਦੀਆਂ ਦੇ ਠੀਕ, ਮਤਲਬ ਸਾਰਿਆਂ ਦਾ ਆਪਸ 'ਚ ਹੈਗਾ ਸੀ ਲੈਣ ਦੇਣ ਠੀਕ। ਅਤੇ ਜਿਹੜਾ ਮਤਲਬ ਕਿ ਦੁੰਬੜਦਾਰ ਸੀ ਬਾਬਾ ਜੀ ਦੂਸਰਾ ਸਿੱਖ, ਉਹਦਾ ਰਹਿਣ ਸਹਿਣ ਕਿਹਾ ਸੀ ਲੋਕਾਂ ਨਾਲ? ਉਹਦਾ ਬੜਾ ਰਹਿਣ ਸਹਿਣ ਸੀ ਸਹੀ, ਉਹ ਰਹਿੰਦਾ ਇਲਾਂ ਦੀ ਲਾਮੇ ਸੁਲੱਖਣ ਸਿੰਘ ਠੀਕ, ਫਿਰ ਮਾਮ ਸਹਿਣਾ ਬਾਈ ਇੱਧਰ ਰਹਿੰਦਾ। ਜਦੋਂ ਬਾਬਾ ਜੀ ਐਲਾਨ ਹੋਇਆ ਕਿ ਪਾਕਿਸਤਾਨ ਹਿੰਦੁਸਤਾਨ ਬਣ ਗਿਆ ਤੇ ਆਪਣੇ ਪਿੰਡ ਚ ਅਮਨੋ ਮਾਨ ਗਏ ਨੇ ਕਿ ਲੜਾਈ ਝਗੜਾ ਹੋਇਆ? ਕੋਈ ਲੜਾਈ ਕੋਈ ਝਗੜਾ ਨਹੀਂ ਹੈ, ਅਮਨਾ ਮਾਨ ਉੱਠ ਕੇ ਗਏ ਨੇ ਸਹੀ, ਮਿਲ ਗਿਲ ਕੇ ਗਏ ਨੇ ਠੀਕ ਠੀਕ, ਮਤਲਬ ਪਿੰਡ ਦੇ ਵਿੱਚੋਂ ਅਮਨ ਮਾਨ ਗਏ ਨੇ ਅਮਨੋ ਮਾਨ ਸਹੀ। ਤੇ ਬਾਬਾ ਜੀ ਮੇਲਾ ਕਿਹੜਾ ਕਿਹੜਾ ਲੱਗਦਾ ਸੀ ਉਸ ਦੌਰ ਚ ਆਪਣੇ ਇੱਥੇ? ਉਦੋਂ ਬਾਬਾ ਖਾਗੀ ਆ ਅੱਛਾ ਤੇ ਆ ਸੈਂਟਾਲੇ ਦਾ ਸਹੀ। ਇਹ ਬਾਬਾ ਜੀ ਇਹ ਸਾਰੇ ਰਲ ਕੇ ਮਨਾਉਂਦੇ ਸੀ ਕਿ ਸਿਰਫ ਮੁਸਲਮਾਨ ਮਨਾਉਂਦੇ ਸੀ? ਨਹੀਂ ਸਾਰੇ ਹੀ। ਅੱਛਾ ਮੇਲਾ ਸਾਰੇ ਬਣਾ ਠੀਕ। ਤੇ ਆਪਣੇ ਨਾਲ ਨਾਲ ਕਿਹੜੇ ਪਿੰਡ ਲੱਗਦੇ ਨੇ ਬਾਬਾ ਜੀ ਆਪਣੇ ਪਿੰਡ ਨੂੰ? ਆ ਚੁੰਬਰ, ਫਿਰ ਕੁੱਜਰ, ਫਿਰ ਮਾਛੀ ਕੇ, ਸ਼ਾਮ ਕੇ, ਜੈਤੋ, ਇਹ ਦੁਆਰ ਪਿੰਡ। ਇਹ ਬਾਬਾ ਜੀ ਸਾਰੇ ਮੁਸਲਮਾਨਾਂ ਦੇ ਸੀ ਕਿ ਇਹ ਵੀ ਰਲਵੇਂ ਹੀ ਸੀ? ਰਲਵੇਂ ਹੀ ਸਾਰੇ ਪਿੰਡ ਰਲਵੇਂ ਸਭ ਠੀਕ। ਤੇ ਇਹ ਬਾਬਾ ਜੀ ਮੇਲਿਆਂ ਦੇ ਕਬੱਡੀ ਕੋਲ ਕਿਹੜੀ ਚੀਜ਼ ਕਰਦੇ ਸੀ? ਕਬੱਡੀ ਕੋਲ ਬਸ ਸਹੀ। ਤੇ ਜਿਵੇਂ ਉਹਨਾਂ ਦੇ ਤਿਉਹਾਰ ਵਿਸਾਖੀ ਉਹ ਵੀ ਮਨਾਉਂਦੇ ਸੀ ਪਿੰਡ 'ਚ? ਕੋਈ ਨਹੀਂ ਮਨਾਉਂਦੇ ਸਨ, ਉਹ ਵੀ ਰਲ ਕੇ ਕਿ ਉਹ ਹੀ ਮਨਾਉਂਦੇ ਸੀ? ਉਹ ਹੀ ਮਨਾਉਂਦੇ। ਅੱਛਾ ਉਹ ਵਿਸਾਖੀ ਸਹੀ, ਮੇਲਾ ਸਾਰੇ ਰਲ ਕੇ ਮਨਾਉਂਦੇ ਸੀ ਜਿਹੜਾ ਮੇਲਾ ਜਿਹੜਾ ਮਰਜ਼ੀ ਹੈ ਉਹ ਦਰਬਾਰਾਂ ਨੂੰ ਬੜਾ ਮੰਨਦੇ ਆ। ਅੱਛਾ ਦਰਬਾਰਾਂ ਬੜਾ ਮੰਨਦੇ। ਤੇ ਬਾਬਾ ਜੀ ਹੁਣ ਵੀ ਕੋਈ ਪੁਰਾਣੀ ਨਿਸ਼ਾਨੀ ਹੋਏਗੀ ਆਪਣੇ ਪਿੰਡ ਵਿੱਚ ਕਿ ਸਾਰੀਆਂ ਖਤਮ ਹੋ ਗਈਆਂ? ਹੈ ਨਾ ਜੇ ਖੜੇ ਮਕਾਨ ਸਿੱਖਾਂ ਦੇ ਹਨ ਠੀਕ, ਪਰ ਵਿਰਲੇ ਟਾਮੀ ਟਾਮੇ ਟਾਮੇ ਜ਼ਿਆਦਾ ਛੱਡਿਆ ਪੇੜ ਕੇ ਨਵੇਂ ਪਾ ਲੈ ਸਹੀ। ਤੇ ਬਾਬਾ ਜਿੱਥੇ ਆਪਾਂ ਬੈਠੇ ਹਾਂ ਸਾਰਾ ਇਹ ਕੱਚਾ ਹਿੱਸਾ ਸੀ ਕਿ ਇਹ ਵੀ ਪੱਕਾ ਹਿੱਸਾ? ਨਹੀਂ ਆਹ ਤਾਂ ਸਾਰੇ ਵਗਦੀ ਇਹ ਰਕਬਾ ਹੀ ਸਾਰਾ ਇਹਦੇ ਬਾਅਦ ਹੀ ਮੈਂ ਆਹ ਜਿਹੜੀ ਮਸਜਿਦ ਹੈ ਨਾ ਉਹ ਹਾਂਜੀ ਉਦੋਂ ਪਰਾਂ ਪਰੇ ਸਿੱਧਣੀਆਂ ਉਹਨਾਂ ਬੰਨੇ ਬੰਨਿਆ ਵੇਲੀਆਂ ਅਤੇ ਆਹ ਰਕਬਾ ਸਾਰਾ ਵਗਦਾ ਹੈ। ਅਤੇ ਬਾਬਾ ਜੀ ਸੰਤਾਲੀ ਦੀ ਵੰਡ ਤੋਂ ਬਾਅਦ ਕੋਈ ਪਿੰਡ ਵੇਖਣ ਆਇਆ ਜਾਂ ਆਪਣੇ ਪਿੰਡ ਤੋਂ ਕੋਈ ਉੱਧਰ ਗਿਆ? ਆਇਆ ਸਨ। ਉਹਨਾਂ ਦਾ ਕੀ ਨਾਮ ਯਾਦ ਹੋਏ ਕਿਹੜੇ ਕਿਹੜੇ ਘਰ ਦੇ ਸੀ ਕਿਹਨਾਂ ਦੇ? ਕਾਲੂ ਕਾਲੂ ਸੁਲੱਖੀ ਦਾ, ਅੱਛਾ ਸ਼ਰਮੇ ਦਾ ਪੋਤਰਾ ਨਾਂ ਆਇਆ, ਅਰੂੜੇ ਦਾ ਪੋਤਰਾ ਆਇਆ ਸੀ ਉਹਦਾ ਨਾਂ ਨਹੀਂ ਮੈਨੂੰ ਯਾਦ। ਅੱਛਾ ਇੱਕ ਸ਼ਰਮੇ ਦਾ ਪੋਤਰਾ ਆਇਆ ਸੀ ਬਲਕਾਰ ਨਾਂ, ਇਹ ਤਰਾਈ ਆਏ ਨੇ ਆਪਣੇ ਇੱਧਰੋਂ ਵੀ ਕਦੀ ਗਿਆ ਪਿੰਡ ਉੱਧਰ ਉੱਧਰ ਕਿਸੇ ਇੱਧਰ ਇੱਕ ਨਾਈ ਗਿਆ ਨਾਈ ਗਿਆ ਸੀ ਲਾਣਾ ਲਾਣਾ ਹਾਂ ਕਿਹਨੂੰ ਕਿਹਦੇ ਕੋਲ ਗਿਆ ਉੱਥੇ? ਉਹਨਾਂ ਬਲਾਦੀ ਕੋਲ ਇਹਨਾਂ ਸਿੱਖਾਂ ਕੋਲ ਗਿਆ ਸੀ। ਅੱਛਾ ਇੱਧਰ ਤਰਾਏ ਮਹੀਨੇ ਉਹਨਾਂ ਕੋਲ ਸਹੀ ਤਿੰਨ ਮਹੀਨੇ ਰਹਿ ਕੇ ਹਾਂ ਤਿੰਨ ਇਹ ਵੰਡ ਤੋਂ ਕਿੰਨੇ ਕੁ ਵਰਸੇ ਬਾਅਦ ਦੀ ਗੱਲ ਹੈ ਬਾਬਾ ਜੀ? ਬਾਬਾ ਡੇਢ ਬਾਅਦ ਗਿਆ। ਅੱਛਾ ਵੀਹਾਂ ਪੰਜੀਆਂ ਸਾਲਾਂ ਬਾਅਦ ਗਿਆ ਸਹੀ, ਮਤਲਬ 60-65 ਦੇ ਅੱਗੇ 70-72 ਗਿਆ ਹਾਂ 70 ਇੰਦੀ ਬਣ ਗਿਆ 70-72 ਪਰ ਕਾਲੂ ਵੀ ਮਰ ਗਿਆ ਬਲਕਾਰ ਵੀ ਮਰ ਗਿਆ ਠੀਕ।
ਜੀਜਾ ਦਾ ਨਹੀਂ ਬਾਅਦ ਚ ਹੋਏ ਨੇ ਮੇਲਾ ਕਰਾਂਦਾ ਸੀ ਮੇਲਾ ਯਾਦ ਜ਼ਿਆਦਾ ਕਰਾਂਦਾ ਬਾਬਾ ਜੀ ਜਦੋਂ ਮਤਲਬ ਕਿ ਜਿਵੇਂ ਸਿੱਖ ਤੁਸੀਂ ਦੱਸ ਰਹੇ ਨੰਬਰ ਦਾ ਜਿਹੜਾ ਸੀ ਇਹ ਮਤਲਬ ਮਾੜੇ ਕਾਰ ਜਿਵੇਂ ਰਮਜ਼ਾਨ ਵਗੈਰਾ ਆਉਂਦੇ ਉਦੋਂ ਵੀ ਲੋਕਾਂ ਦੀ ਮਦਦ ਮਦੂਦ ਕਰਦੇ ਸੀ ਕਿ ਨਹੀਂ ਆਪੋ ਆ ਕੇ ਮੈਂ ਛੋਟਾ ਜਿਹਾ ਮਦਦ ਕਰਦੇ ਸਨ ਹਜ਼ਾਰ ਹੀ ਸੀ ਉਹਨਾਂ 'ਚ ਉਂਝ ਬੇਮਜ਼ਬ ਸਨ ਗਰੀਬ ਦਾ ਵਿਆਹ ਸ਼ਾਦੀ ਹੋ ਗਿਆ ਪੁੱਛ ਲੈਂਦੇ ਸਨ ਕਿਉਂਕਿ ਸ਼ਾਇਦ ਲੋੜ ਤਾਂ ਲੈ ਗਈ ਘਾਟਾ ਨਾ ਪੈ ਸਾਨੂੰ ਘੋੜੀਆਂ ਹਰ ਬੰਦੇ ਰੱਖੀਆਂ ਜੇ ਜਾਨੀ ਲੈ ਗਿਆ ਇਹ ਕਾਹਦੇ ਬਾਅਦ ਰੱਖੀਆਂ ਹਜ਼ਾਰ ਸੀ ਤਾਂ ਬੇਮਜ਼ਬੇ ਨਾ ਹਜ਼ਾਰ ਬੜਾ ਅਤੇ ਜਿਵੇਂ ਹੁਣ ਸਗੋਂ ਬੇਹਜਾਈ ਵੱਧ ਗਈ ਕੋਈ ਧੀ ਭੈਣ ਲੱਗੀ ਜਾਵੇ ਨਾ ਪਰ ਆਉਂਦਾ ਸਾਡੀ ਧੀ ਲੱਗੀ ਹੋਈ ਵੀ ਆਉਂਦੀ ਮਾੜੇ ਦਾ ਤਗੜੇ ਦਾ ਵਿਆਹ ਹੈ ਨਾ ਤੇ ਦੂਜਿਆਂ ਦੀਆਂ ਲੈਣਾ ਲੱਗ ਜਾਂਦੀ ਰਾਤ ਨੂੰ ਦੁੱਧ ਦੇਣਾ ਨਾਲ ਦੇਣੀ ਭਾਜੀ ਫਿਰ ਮੱਖਣ ਅਤੇ ਲੱਸੀ ਚਾਲੀ ਚਾਲੀ ਦਿਨ ਪੂਰੀਆਂ ਗੁਣ ਦੁੱਧ ਹੋ ਜਾਂਦਾ ਛੇੜ ਛੇੜ ਤਾਂ ਮੱਝੀ ਨੇ ਰੱਖਿਆ ਉਹਨੂੰ ਕਿਹੜੇ ਦੁੱਧ ਵਿਕਦੇ ਹੁਣ ਤਾਂ ਚਾਹ ਜੋਗਾ ਨਹੀਂ ਘਰ ਰੱਖਦਾ ਪਰ ਥੋੜ੍ਹੇ ਜਿਹੇ ਘਰ ਸਨ ਪਰ ਖੱਤਰੀ ਮੁਸਲਮਾਨ ਆ ਅਤੇ ਇੱਥੋਂ ਕਿੰਨੇ ਗਏ ਨੇ ਸਿੱਖ ਪੰਜਾਂ ਸੌ ਕਰ ਗਿਆ ਹਾਂ ਪੰਜ ਘੱਟ ਨੇ ਉਹਨਾਂ ਵਿੱਚੇ ਮਹਿਰੇ ਪਾ ਗਏ ਵਿੱਚੇ ਖੱਤਰੀ ਪਾ ਗਏ ਉਹਨਾਂ ਦੇ ਮਹਿਰੇ ਹੁੰਦੇ ਨਾ ਦਾਨ ਜੋੜੇ ਪੁੰਦੇ ਪਾਣੀ ਉਹਨਾਂ ਦਾ ਭਰਦੇ ਬਾਬਾ ਜੀ ਮਤਲਬ ਜਿਹੜਾ ਕੰਗ ਨਾਂ ਰੱਖਿਆ ਗਿਆ ਆਪਣੇ ਪਿੰਡ ਦਾ ਇਹ ਜੱਦੀ ਨਾਮ ਚੱਲਦਾ ਪਿਆ ਇਹ ਪਹਿਲਾਂ ਮੈਂ ਤੈਨੂੰ ਦੱਸਣਾ ਵੀ ਕੰਗ ਨੇ ਆ ਮਾਝੇ 'ਚ ਕੋਈ ਭੁੱਖ ਦੇ ਬੱਕੇ ਸਨ ਉਦੋਂ ਕਿਹੜੀਆਂ ਨਾਰਾਂ ਸਨ ਕੋਈ ਖੂਹ ਖਾ ਪੁੱਛਦੇ ਲਵਾਇਆ ਸੀ ਕਿਤੇ ਜੰਗਲ ਹੀ ਪਿਆ ਸੀ ਥੋੜ੍ਹੀ ਜਿਹੀ ਦੁਨੀਆ ਸੀ ਹਜ਼ਾਰ ਸੀ ਉੱਧਰ ਭੁੱਖ ਪੈ ਗਈ ਚਰਾਈ ਕੋਈ ਨਾ ਉਹਨਾਂ ਕੇ ਚੱਲ ਗੱਡਾ ਜੁੱਤਾ ਦੇ ਭਿੱਖੀ ਆ ਗਏ ਇਹ ਤਾਂ ਚਰਾਈ 'ਚ ਵੀ ਬਾਰਿਸ਼ ਬੁਰਸ਼ ਪੈ ਗਈ ਉਹ ਜੀਆਂ ਆਪਣਿਆਂ ਨੂੰ ਆਖ ਲਗਾ ਜਾ ਇੱਥੇ ਕਰਾਉਣਾ
ਦਾਣੇ ਦੋ ਫਿਰ ਪੀ ਲਿਆ। ਚੱਕੀਆਂ ਹੁੰਦੀਆਂ ਹਨ, ਕਿਹੜੇ ਖਰਾਸ ਹੁੰਦੇ ਹਨ, ਕਿਹੜੀਆਂ ਮਸ਼ੀਨਾਂ ਹੁੰਦੀਆਂ, ਕਿੱਦਾਂ ਚਾਰ ਟਿੱਕੀਆਂ ਸੇਕ ਕੇ ਖਾ ਲਈਏ। ਉਹ ਗਈ ਤਾਂ ਜਿਵੇਂ ਆਹ ਮੰਜੀਆਂ ਡੱਠੀਆਂ ਹਨ, ਹਾਂਜੀ, ਉਹ ਮੰਜੀ ਦੇ ਉਸ ਆਪਣੀ ਕੁੜੀ ਪਾਈ ਸੀ, ਕੁਛੜ ਗਈ ਕੋਈ ਸਾਲ ਦੀ ਗੱਡੇ, ਉਹ ਸੁੱਤੀ ਪਈ ਸੀ। ਉਹ ਅਗਲੇ ਕਿ ਭੈਣ ਮੈਂ ਪਰਦੇਸਣ ਹਾਂ ਅਤੇ ਦਾਣੇ ਪੀਣੇ ਨੇ। ਉਹ ਕਿਹਾ ਭੈਣਾਂ ਉਹ ਚੱਕੀ ਅਤੇ ਪੀ ਲੈ। ਅੱਗੇ ਮੇਰੇ ਕੁਛੜ ਮੁੰਡਾ ਹੈ। ਉਹ ਕਿਹਾ ਚੱਲ ਜਿੱਥੇ ਮੈਂ ਪਾਈ ਹੈ ਨਾ, ਇੱਥੇ ਨਾਲ ਤੂੰ ਮੰਜੀ 'ਤੇ ਪਾ ਜਾਣਾ। ਅੱਛਾ, ਚੰਗਾ। ਉਸ ਉਹਦੀ ਕੁੜੀ ਸੌਂ ਗਈ, ਉਹਦਾ ਮੁੰਡਾ ਸੌਂ ਗਿਆ। ਬੰਨਿਆ ਹੋਇਆ ਤਾ ਬੰਦਾ, ਉਹ ਕਿਹਾ ਇਕਬਾਲ ਤਾਂ ਸਾਡਾ ਹੈ, ਜਾਂ ਜੁੱਜਾ ਕਿਹਦਾ ਹੈ। ਉਹ ਕਿਹਾ ਪਰਦੇਸਣ ਸ਼ੇਰ ਦਾਣੇ ਵੀ ਪੀਂਦੀ। ਅੱਗੇ ਮੁੰਡਾ ਹੈ ਕਿ ਕੁੜੀ ਹੈ? ਅੱਗੇ ਮੁੰਡਾ ਹੈ, ਭਲਕੇ ਜਵਾਨ ਹੋਣੀ ਤਾਂ ਇਹਨੂੰ ਦੇਣੀ ਆ। ਅੱਛਾ, ਮੇਰੀ ਕੁੜੀ ਦੇ ਕੋਲ ਕਿਉਂ ਪਾਇਆ ਜੀ? ਸਹੀ, ਇਹਨੂੰ ਦੇਈ। ਜਦੋਂ ਕੁੜੀ ਜਵਾਨ ਹੋ ਗਈ, ਮੁੰਡਾ ਜਵਾਨ ਹੋ ਗਿਆ, ਉਹਨੂੰ ਅਗਲਾ ਦਿਲ ਹੀ ਹੁਣ ਮੇਰਾ ਤੇਰਾ ਗੁਜ਼ਾਰਾ ਨਹੀਂ ਹੋਣਾ, ਕੁੜੀ ਨਾਲ ਨਿਕਾਹ ਕਰ ਲੈ ਅਤੇ ਘੋੜਾ ਫੇਰ ਲੈ। ਅੱਛਾ, ਜਿੰਨੀ ਜ਼ਮੀਨ ਤੂੰ ਕਾਬੂ ਕਰਨੀ ਕਰ ਲੈ, ਜਿੰਨਾ ਘੋੜਾ ਭਜਾਏਗਾ ਹਾਂ ਓਨੀ ਤੇਰੀ। ਇਹ 4,500 ਕਮਾਂ ਦਾ ਰਕਬਾ ਹੈ ਕੰਘਾਂ ਦਾ। ਇੱਕ ਧੀਰ ਨੂੰ ਨਾਇਤ ਹੋਇਆ, ਇਹ ਪਿੱਛੀ ਵਾਲੇ ਨਾਇਤ ਕੀਤਾ, ਹੈ ਸੀ ਉਹ ਸਿੱਖ। ਇੱਥੇ ਆਣ ਕੋਈ ਖੁੱਲ੍ਹਾ ਪਾ ਲਿਆ, ਉਹਦੇ ਵਿੱਚ ਆ ਸਾਰੇ ਜੰਮ ਪਏ, ਕੋਈ ਮੁਸਲਮਾਨ ਹੋ ਗਿਆ, ਕੋਈ ਸਿੱਖ ਰਹਿ ਗਿਆ। ਹਾਲਾਤ ਇੱਕ ਨਹੀਂ ਸਾਰੇ, ਖੱਤੀ ਦੇ ਲਹਿਦਾ ਚੀਜ਼ ਨੇ ਨਾ। ਹਾਂਜੀ, ਇਹ ਜਿਹੜੇ ਸਿੱਖ ਨੇ ਉਹ ਵੀ ਢਿੱਲੂ ਨੇ। ਹੁਣ ਵੀ ਬਾਬਾ ਜੀ ਸਾਰੇ ਇੱਥੇ ਢਿੱਲੋ ਹੀ ਬੈਠੇ ਕਿ ਹੋਰ ਬਰਾਦਰੀਆਂ ਹੋ ਗਈਆਂ ਵਿੱਚ? ਇੱਥੇ ਦੇ ਰਾਜਪੂਤ ਨੇ ਬੇਬਾ। ਅੱਛਾ, ਇੱਥੇ ਦੇ ਪਤਾ ਨਹੀਂ ਜਿੱਥੇ ਬਣਾਈਆਂ, ਇੱਕ ਹਵੇਲੀ ਵੀ ਘਰਾਂ ਬੜੇ ਬੜੇ ਨੇ। ਸਹੀ, ਇਹਦੇ ਭੁੱਖ ਮਰਦੇ ਛੋਦੇ ਆਏ ਨੇ ਇੱਧਰ, ਕੋਈ ਇਹਨਾਂ ਕੋਲ ਸ਼ਹਿ ਨਹੀਂ। ਇੱਥੇ ਹੁਣ ਪਾਣੀ ਨਹਿਰਾਂ ਦੇ ਲੱਭ ਗਏ, ਭੂਏ ਦੇ ਫਸਲ ਹੋਣ ਲੱਗ ਪਿਆ, ਮਾਲ ਲੱਭ ਗਿਆ, ਰੀ ਖੁੱਲ੍ਹੇ ਲੱਭ ਗਏ। ਹੁਣ ਤੋਂ ਬੰਦੇ ਨੂੰ ਬੰਦਾ ਨਹੀਂ ਸਮਝਦੇ, ਵੱਡੇ ਵੱਡੇ ਅਫਸਰ ਲੱਗੇ। ਸਹੀ ਬਾਬਾ ਜੀ, ਇੱਥੋਂ 100 ਘਰ ਉੱਠ ਕੇ ਗਿਆ ਅਤੇ ਇੱਥੇ ਘਰ ਆ ਕੇ ਕਿੰਨੇ ਵਸੇ? ਉਹ ਮੈਂ ਦੇਣੇ ਤਾਂ 1,000 ਘਰ ਆਇਆ। ਅੱਛਾ, 1,000 ਬਾਬਾ ਗਿਆ। ਸਹੀ ਬਾਬਾ ਜੀ, ਮਾਜਰ ਹੋ ਕੇ ਜਿਹੜੇ ਆਏ ਨੇ, ਇਹ ਪਿੱਛੋਂ ਕਿਹੜੇ ਪਿੰਡ ਤੋਂ ਆਏ, ਕਦੀ ਕੁਛ ਸੁਣਿਆ? ਚੌਂਤਾ। ਚੌਂਤਾ, ਹਾਂ, ਜੰਡੀ ਚੌਂਤਾ। ਠੀਕ, ਜੰਡੀਆਂ ਚੌਂਤੇ 1,000 ਰੁਪਈਆ ਬਾਣ ਦੇ ਮੀਂਹ ਪੈ ਤਾਂ ਕੁਝ ਆਉਂਦਾ ਹੈ, ਸ਼ਾਇਦ ਹੁੰਦੀ ਕੋਈ ਨਹੀਂ, ਬਾਣ ਪੱਥਰ ਪੁੱਥਰ ਨਾਰਾ। ਅਤੇ ਹੁਣ ਵੀ ਪਿੰਡ ਦਾ ਉਹਨਾਂ ਰਕਬਾ ਕਿ ਵੱਧ ਗਿਆ ਬਾਬਾ ਜੀ? ਨਹੀਂ, ਰਕਬਾ ਉਹਨਾਂ ਹੀ ਨਾਲ, ਉਹਨਾਂ ਮਰਲੇ ਚੌਖੇ ਜਾਣੇ ਹੁਣ, ਕੋਈ ਦੋ ਪੈਲੀਆਂ ਵਾਲੇ ਚੌਂਚ ਵਾਲੇ ਆਏ ਹੁਣ। ਇਹਦੇ ਜਿਹੜਾ ਖੱਤਰੀ ਸੀ ਜਗਤ ਸਿੰਘ ਅਤੇ ਸਰਦਾਰ ਸਿੰਘ, ਦੋ ਭਰਾ, ਉਹ ਸੇਮ ਤੋਂ ਟੁੱਟਦੇ ਹਨ। ਆਹ ਬਿਜਲਾ ਹਿੱਸਾ ਛੱਡ ਗਿਆ ਕੁਛ ਵਾਲੀਆਂ, 90-90 ਮਾਲਕ ਸੀ ਇਹਨਾਂ ਦੋਵਾਂ ਭਰਾਵਾਂ। ਉਹ ਜਿਹੜਾ ਬਾਬਾ ਜੀ ਉਹਨਾਂ ਥੋੜ੍ਹਾ ਪੁਰਾਣਾ ਪਿੰਡ ਦੇ ਵਿੱਚ ਡੇਰਾ ਜਿਹਾ ਬਣਿਆ ਅਤੇ ਨਾਲ ਪੁਰਾਣੀ ਜੀ ਜਗ੍ਹਾ ਖੜ੍ਹੀ ਹੈ, ਉੱਥੇ ਰਿਹਾ ਸੀ ਇਹਨਾਂ ਦੀ? ਉਹ ਹੁਣ ਚੁਬਾਰੇ ਟਾਹ ਛੱਡੇ ਨੇ ਨਾ। ਅੱਛਾ, ਖੱਤਰੀਆਂ ਦੇ ਇੱਕ ਭਰਾ ਹੁੰਦਾ ਸੀ ਸ਼ਹਿਰ, ਉਹਦੀ ਕਿੱਲੇ ਹੀ ਕੋਠੀ ਸੀ ਉੱਥੇ। ਅੱਛਾ, ਇੱਕ ਹੁੰਦਾ ਸੀ ਉਹ ਬਾਜ਼ਾਰ ਦੇ ਵਿੱਚ, ਉਹਨਾਂ ਚੁਬਾਰੇ ਟਾਹ ਛੱਡੇ ਕੋਠੇ ਪਾਏ ਨੇ, ਉੱਥੇ ਹੁੰਦਾ ਸੀ ਸਰਦਾਰ ਸਿੰਘ। ਸਰਦਾਰ ਸਿੰਘ, ਹਾਂ, ਉਹਨੇ ਗੱਲੇ ਬਣਾਏ ਸਨ ਦਾਣਿਆਂ ਦੇ,
ਕੋਈ ਜਵਾਂ ਦਾ ਭਰਿਆ, ਕੋਈ ਕਣਕ ਦਾ ਭਰਿਆ, ਛੋਲਿਆਂ ਦਾ ਭਰਿਆ, ਤੋੜੀਏ ਦਾ ਭਰਿਆ, ਇੱਥੇ ਵੀ ਗੱਲੇ ਬਣਾਏ, ਕੁੱਚਿਆਂ ਵਾਲੀ ਬਣਾਇਆ, 90-90 ਭਾਵੇਂ ਥੋੜ੍ਹੀ ਆ ਕਰੀਏ। ਤੁਹਾਡੇ ਦਾਦਾ ਜੀ ਦਾ ਕੀ ਨਾਮ ਸੀ ਬਾਬਾ ਜੀ? ਉਮਰਦੀਨ। ਉਮਰਦੀਨ, ਠੀਕ। ਉਹ ਇੱਥੇ ਵਾਈ ਬੀਜੀ ਦਾ ਕੰਮ ਕਰਦੇ ਸੀ ਕਿ? ਵਾਈ ਬੀਜੀ ਦਾ। ਵਾਈ ਬੀਜੀ ਦੇ, ਠੀਕ। ਅਤੇ ਆਪਣਾ ਆਪਣੀ ਕਿੰਨੀ ਜਗ੍ਹਾ ਪਿੰਡ 'ਚ ਬਾਬਾ ਜੀ? ਆਪਣੀ ਜਗ੍ਹਾ ਮੁੱਲੀ ਲਈ ਹੈ, ਅਸੀਂ ਘੁਮਿਆਰ। ਅੱਛਾ ਅੱਛਾ। ਸਾਡੇ ਨਾਂ ਨਹੀਂ ਸੀ, ਉਹਦਾ ਮਰਲਾ ਵੀ ਲੱਗਦਾ। ਅੱਛਾ। ਹੁਣ ਪਹਿਲੀਆਂ 12 ਮੁੱਲੀਆਂ ਨੇ, ਆਹ ਬਿਲੀਆਂ ਨੇ, ਕੀ ਮੁੱਲ ਲੈ ਕੇ ਬਣਾਈਆਂ ਨੇ, ਘਰ ਵੀ ਮੁੱਲ ਲੈ ਕੇ ਬਣਾਏ ਨੇ, ਦੋ ਦੇ ਘਰ ਦੇ ਸਾਹਮਣੇ ਆਓ ਨੇ, ਕੋਈ ਦੋ ਦੇ ਪਿਛਿਆਂ ਨੇ, ਦੋ ਛੇ ਪੁੱਤਰ ਨੇ। ਲਾਈਕ ਹੈ ਆਪ ਬਣਾ ਦੇ। ਬਾਬਾ ਜਿਹੜੇ ਪਿੰਡ ਵੇਖਣ ਆਏ ਸੀ, ਉਹਨਾਂ ਨੇ ਫਿਰ ਕੀ ਦੱਸਿਆ? ਉਹਨਾਂ ਦੇ ਵੱਡੇ ਉਹਨਾਂ ਨੂੰ ਕੀ ਦੱਸਿਆ ਹੋਇਆ ਸੀ? ਕੋਈ ਨਿਸ਼ਾਨੀਆਂ ਕਿ ਕਿਹੜੇ ਬੰਦੇ ਨੂੰ ਮਿਲਣਾ? ਯਾਰ ਮਿਲ ਕੇ ਪਿੰਡ ਵੇਖ ਕੇ ਟੁਰ ਗਏ ਸਨ, ਸਾਰਿਆਂ ਨੂੰ ਮਿਲ ਕੇ ਗਏ, ਮਤਲਬ ਸਾਰਿਆਂ ਨੂੰ ਮਿਲ ਗਏ। ਅੱਛਾ ਅੱਛਾ। ਬਈ ਹੁੰਦਾ ਨਾ ਵੀ ਜਿਵੇਂ ਕੋਈ ਸਪੈਸ਼ਲ ਹੁੰਦਾ ਵੀ ਨਹੀਂ ਜੀ ਫਲਾਣੇ ਬੰਦੇ ਨੂੰ ਮਿਲਣਾ ਵੀ? ਨਹੀਂ ਨਹੀਂ, ਸਾਰਿਆਂ ਨੂੰ ਮਿਲ, ਸਾਰਿਆਂ ਨੂੰ ਮਿਲ ਕੇ ਗਏ, ਜਿਹੜੇ ਜਿਉਂਦੇ ਨੇ ਸਾਰਿਆਂ ਨੂੰ ਮਿਲਣਾ ਸੀ ਉਹਨਾਂ ਹੀ। ਹਾਂਜੀ। ਉਹਨਾਂ ਕਿਹੜੇ ਸ਼ਰੀਕਾ ਦੀ ਕਿਸੇ ਨਾਲ ਉਹਨਾਂ ਆ ਗਿਆ ਕੀ ਦੱਸੀ ਹੁਣ ਦੱਸਦੇ, ਸਾਡੇ ਮੁਕੱਦਰ ਹੈ, ਛੇੜ ਛੇੜ ਮੱਝੀ ਦਾ ਚੜਦਾ ਸੀ, ਹੁਣ ਦੋ ਦੋ ਖੋਲੀਆਂ ਨੇ, ਅੱਧੀ ਅੱਧੀ ਭਾਵੇਂ ਸਾਨੂੰ ਪਈ, ਜੇ ਦੋ ਮਰਬੇ ਦਾ ਮਰਬਾ ਲੱਭਾ, ਇਹ ਚਾਰ ਸੀ ਅਤੇ ਦੋ ਲੱਭੀ। ਮਾਲਕ ਮਰਬਿਆਂ 'ਚ ਆ ਗਏ, ਕੋਈ ਹਾਲ ਨਹੀਂ, ਕੀ ਕਰੀਏ ਹੁਣ, ਮੁਲਕ ਛੁੜ ਗਏ, ਬੇਬਦਰ ਹੋ ਗਏ, ਟੁਰ ਗਏ ਦੱਸ। ਬਸ ਬਾਬਾ ਜੀ ਸਾਰੇ ਫਿਰ ਬੰਦੇ ਵਿੱਚ ਹੀ, ਕਈਆਂ ਨੂੰ ਮਿਲ ਕੇ ਗਏ ਤੁਸੀਂ ਦੱਸਦੇ ਪਏ ਜੇ? ਬੜੇ ਮਾਲ ਦੇ ਗਏ ਯਾਰ, ਅਸੀਂ ਆ ਹੀ ਜਾਣਾ, ਘਰ ਭਰੇ ਦੇ ਗਏ, ਉਹ ਮੈਂ ਨੰਬਰਦਾਰ ਕਰਾ ਕਰਾ ਕੇ ਨਾ ਸਮਾਨ ਇਕੱਠਾ ਗੁਰਦੁਆਰੇ 'ਚ। ਅੱਛਾ। ਦੋਵਾਂ 'ਚ ਤਾਲੇ ਲਾ ਦੇ, ਜਿਵੇਂ ਜਿਵੇਂ ਆਏ ਨੇ ਉਵੇਂ ਕਿਤੇ ਮੰਜੀਆਂ ਦੇ, ਪੇਟੀਆਂ ਦੇ, ਬਿਸਤਰੇ ਦੇ, ਇਹਨਾਂ ਕੋਲ ਕੀ ਲੈ ਗਿਆ? ਪੈੜੀਆਂ ਪੈੜੀਆਂ ਚੁੱਲੀਆਂ, ਪੜੀਆਂ ਪੜੀਆਂ ਮੰਜੀਆਂ ਗੱਡਿਆਂ ਦੇ ਲੱਦੀਆਂ। ਜਿਹੜੇ ਆਪਣੇ ਇੱਥੋਂ ਦੇ ਨੰਬਰਦਾਰ ਸੀ ਉਹਨਾਂ ਨੇ ਗੁਰਦੁਆਰੇ 'ਚ ਖਾਤਾ ਸਾਰਾ ਸਮਾਨ? ਹਾਂ, ਸਾਰਾ ਸਮਾਨ ਪਾਰਾ ਲਵਾ ਦਿੱਤਾ ਪਿੰਡ 'ਚ। ਅੱਛਾ। ਹਾਂ, ਪਰ ਕੋਈ ਸ਼ਾਇਦ ਲੈ ਨਾ ਜਾਏ ਵੀ ਉਹਨਾਂ ਦੀ ਮਾਨਤ ਤੇ ਆ ਹੀ ਜਾਣਗੇ ਸਾਰਿਆਂ ਨੂੰ, ਇਹ ਵੀ ਹਫ਼ਤਾ ਜਾਵਾਂਗੇ, ਦੋ ਦਿਨ ਜਾਵਾਂਗੇ, ਮੁੜ ਆਉਣਾ ਵਾਪਸ। ਹਾਂ ਬਸ, ਠੀਕ। ਫਿਰ ਜਿਹੜੇ ਮਾਜਰੀ ਨਾ ਆਏ ਉਹਨਾਂ 'ਚ ਵੰਡ ਦਿੱਤਾ ਉਹਨਾਂ ਨੇ। ਅਤੇ ਬਾਬਾ ਜੀ ਤੁਹਾਡੇ ਤਾਂ ਫਿਰ ਵੱਡਿਆਂ ਦੇ ਸਾਰੀ ਗੱਲ, ਉਹਨਾਂ ਦੇ ਨਾਲ ਜ਼ਿੰਦਗੀ ਹੰਢਾਈ ਹੈ, ਕਿਸੇ ਨੂੰ ਯਾਦ ਕਰਦੇ ਸੀ ਕਿ ਯਾਰ ਮੇਰਾ ਫਲਾਣਾ ਬੇਲੀ ਸੀ ਜਾਂ ਮਤਲਬ ਕਿ? ਬੜੇ ਯਾਦ ਕਰਦੇ। ਅੱਛਾ। ਪਰ ਅਸੀਂ ਜਾਣ ਜੋਗੇ ਨਹੀਂ, ਨਾਲੇ ਅਸੀਂ ਤਾਂ ਬਾਲਸ ਹਾਂ, ਸਾਡੇ ਵਡੇਰੇ ਮਰ ਮੁਰ ਗਏ, ਪਿਓ ਮਰ ਗਿਆ, ਦਾਦਾ ਮਰ ਗਿਆ, ਪੜਦਾਦਾ ਮਰ ਗਿਆ, ਔਰ ਇਹਦੇ ਪਾਣੀ ਪੱਤ ਕਰਨਾਲੇ 'ਚ। ਅੱਛਾ। ਇੱਥੋਂ ਜਿਹੜੇ ਗਏ ਨੇ? ਹਾਂ, ਬੜੀ ਦੂਰ ਸੱਟਿਆ ਉਹਨਾਂ ਨੂੰ ਪਾਣੀ ਪੱਤ। ਚੌਂਕੇ ਵਾਲੇ ਦੇ ਛੋਟ ਕੇ ਦੇ ਇੱਥੇ ਆ ਗਏ, ਇਹਨਾਂ ਜੀ ਮਰਿਆ ਹੀ ਕੋਈ ਨਹੀਂ। ਸਹੀ। ਇੱਕ ਬੰਦਾ ਰਾਜ ਸੱਪ ਲੜ ਕੇ ਮਰਿਆ, ਉਵੇਂ ਇਹਨਾਂ 'ਤੇ ਹਮਲਾਵਾਰ ਕੋਈ ਨਹੀਂ ਆਇਆ, ਕੋਈ ਨਾ ਕੋਈ। ਬਾਬਾ ਜਿੱਥੋਂ ਉੱਠ ਕੇ ਆਏ ਨੇ ਉੱਥੇ ਵੀ ਸਾਰੇ ਰਲਵੇਂ ਰਹਿੰਦੇ ਸੀ ਕਿ ਮੁਸਲਮਾਨਾਂ ਦੇ ਸੀ? ਨਹੀਂ, ਮੁਸਲਮਾਨਾਂ ਦੇ।
ਸਾਰਾ ਪਿੰਡ ਹੀ ਮੁਸਲਮਾਨਾਂ ਦਾ? ਹਾਂ, ਉਹ ਤੇ ਸਿੱਖ ਨਹੀਂ ਸੀ। ਠੀਕ ਹੋ। ਬਾਬਾ ਜੀ ਰਮਜ਼ਾਨ ਦੇ ਵਿੱਚ ਵੀ ਕੋਈ ਇਮਦਾਦ ਮਦੂਦ ਕਰਦੇ ਸੀ? ਰਾਸ਼ਨ ਰੂਸ਼ਨ ਦੀ ਕੋਈ ਨਹੀਂ ਹੈ? ਜਿਹੜਾ ਸੀ ਨਾ ਕੱਕੜਾਂ ਵਾਲਾ, ਹਾਂਜੀ, ਐਲਾਨ ਕਰ ਦਿੰਦਾ ਸੀ ਪਰ ਮੁਸਲਮਾਨ ਤੁਹਾਡੇ ਰੋਜ਼ੇ ਨੇ, ਜਿਹੜੀ ਮੱਝ ਨਹੀਂ ਸਾਂਭੀ ਜਾਂਦੀ ਨਾ ਉਹਨਾਂ ਕੇ ਦੁੱਧ ਲੈ ਜਾ ਕਰੇ, ਦਾਣੇ ਲੈ ਜਾਏ, ਚੌਲ ਲੈ ਜਾਏ, ਤੁਹਾਡਾ ਮਾਂ ਰਮਜ਼ਾਨ ਦਾ ਮਹੀਨਾ ਰੋਜ਼ੇ ਰੱਖੋ। ਇੱਕ ਦਾਦਾ ਸੀ, ਆਖਣ ਜੀ ਦਾਦਾ ਰੋਜ਼ੇ ਨਹੀਂ ਰੱਖਦਾ। ਉਹਦੇ ਕਹੇ ਦਾਦਾ ਰੋਜ਼ੇ ਰੱਖਿਆ ਹੋਇਆ? ਅਗੇ ਜੀ ਮੈਂ ਲਿਆਰਾ ਕੋਈ ਰੁੱਖੇ ਰੋਜ਼ੇ ਰਹਿੰਦੇ। ਅੱਛਾ। ਉਹਦੇ ਕਹੇ ਮੱਝ ਵੀ ਕਰ ਦੇਣਾ, ਪੱਠੇ ਵੀ ਕਰ ਦੇਣਾ ਵਾ, ਅਤੇ ਜੇ ਨਹੀਂ ਤਾਂ ਦੁੱਧ ਚਾਰ ਪੰਜ ਸਿਰ ਲੈ ਦਿਆ ਕਰ, ਅਤੇ ਲਿਆ ਕੇ ਰੋਜ਼ੇ ਰੱਖ, ਜਿਹੜੀ ਸ਼ਾਇਦ ਕਮੀ ਹੈ ਨਾ ਉਹ ਮੈਨੂੰ ਦੱਸ, ਜਿਹੜੀ ਸ਼ਾਇਦ ਹੀ ਉਹਨੂੰ ਲੋੜ ਹੈ ਉਹ ਹੀ ਉਹਨੂੰ ਦਿੱਤੀ, ਅਤੇ ਉਹਨੂੰ ਕੋਈ ਕੰਮ ਨਹੀਂ ਕਰਨਾ, ਤ੍ਰੀਜੇ ਰੋਜ਼ੇ ਰੱਖ, ਤੀਰੋਦੇ ਪੂਰੇ ਦਾ ਕੰਮ ਵੀ ਕੋਈ ਨਹੀਂ ਕਰਨਾ, ਦੁੱਧ ਲੈ, ਮੱਝ ਲੈ, ਸਾਰਾ ਕੁਛ, ਚੌਲ ਲੈ, ਆਟਾ ਲੈ, ਘਿਓ ਲੈ, ਜਿਹੜੀ ਸ਼ਾਇਦ ਤੈਨੂੰ ਕਰਨੇ ਦੀ ਜ਼ਰੂਰਤ ਸਾਰੀ ਲੈ ਲੈ। ਠੀਕ ਹੋ ਗਿਆ ਬਾਬਾ ਜੀ, ਬੜੀ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ। ਅੱਜ ਅਸੀਂ ਆਪ ਸਭ ਨੂੰ ਦਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰੇ ਦਾ ਪਿੰਡ ਕੰਗ। ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਰੱਬ ਰਾਖਾ।